ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 8ਵੀਂ ਜਮਾਤ ਵਿਸ਼ਾ ਪੰਜਾਬੀ ਪਾਠ ਨੰਬਰ 1 ਜੈ ਭਾਰਤ ਮਾਤਾ ਅੱਜ ਬੱਚਿਓ ਆਪਾਂ ਇਸ ਕਵਿਤਾ ਨੂੰ ਪੜ੍ਹਾਂਗੇ ਠੀਕ ਹੈ ਤੇ ਇਸ ਦੇ ਪ੍ਰਸ਼ਨ ਉੱਤਰ ਕਰਾਵਾਂਗੇ ਇਸ ਦੇ ਵਿੱਚ ਜੋ ਬਾਖ ਦਿੱਤੇ ਹੋਏ ਨੇ ਸਾਰਾ ਪਾਠ ਵਿਆਸ ਕਰਾਵਾਂਗੇ ਹੁਣ ਬੱਚਿਓ ਆਪਾਂ ਇਸ ਕਵਿਤਾ ਨੂੰ ਪੜ੍ਹਦੇ ਹਾਂ ਇਸ ਤੋਂ ਇਲਾਵਾ ਬੱਚਿਓ ਤੁਸੀਂ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ जय भारतम जय भारत माता लौहਾਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ जय भारत जय भारत माता ਤੇਨਾਂ ਸਤਰਾਂ ਦੇ ਵਿੱਚ ਅਰਥ ਹੈਗੇ ਨੇ ਅਸੀਂ ਭਾਰਤ ਮਾਤਾ ਦੀ ਸਦਾ ਜੈ ਜੈਕਾਰ ਕਰਦੇ ਹਾਂ ਦੇਸ਼ ਭਗਤਾ ਨੇ ਇਸ ਦੀ ਅਣਖ ਤੇ ਆਜ਼ਾਦੀ ਦੀ ਖਾਤਰ ਆਪਣਾ ਜਿਸ ਤਰ੍ਹਾਂ ਆਪਣਾ ਖੂਨ ਡੋਲਿਆ ਹੈ ਉਸ ਦੀ ਕਹਾਣੀ ਬਹੁਤ ਲੰਮੀ ਹੈ ਨੰਬਰ 2 ਹਲਦੀ ਕਾਟੀ ਤੇਰੀ ਤੇਰੇ ਸੋਮਨਾਸ ਦੇ ਮੰਦਿਰਾਂ ਤੇਰੇ ਦੁੱਖਾਂ ਦੀ ਬਾਤ ਸੁਣਾੰਦੇ ਰਾਜਪਤਾਨੀ ਖੰਡਰ ਬਿਆਸਾਂ ਦੇ ਕੰਡੇ ਤੋਂ ਮੁੜਿਆ ਖਾ ਕੇ ਮਾਰ ਸਿਕੰਦਰ ਜੈ ਭਾਰਤ ਜੈ ਭਾਰਤ ਮਾਤਾ ਇਹਦੇ ਅਰਥ ਹੈ ਕਿ ਇਹਨਾਂ ਵਿੱਚੋਂ ਇਹਨਾਂ ਸਤਰਾਂ ਦੀ ਭਾਰਤ ਮਾਤਾ ਦੀ ਅਣਖ ਤੇ ਆਜ਼ਾਦੀ ਨੂੰ ਮਿਟਾਉਣ ਲਈ ਉਸ ਉੱਤੇ अनेका ਹਮਲੇ ਹੋਏ ਹਲਦੀ ਕਾਟੀ ਦਾ ਮੈਦਾਨ ਰਾਜਪਤਾਨੇ ਦੇ ਖੰਡਰ ਅਤੇ ਸੋਮਨਾਥ ਦੇ ਮੰਦਿਰ ਦੀ ਤਬਾਹੀ ਤੇ ਲੁੱਟ ਇਸ ਗੱਲ ਦੀ ਗਵਾਹੀ ਪਰ ਦੇ ਹਨ ਕਿ ਭਾਰਤ ਦੀ ਅਣਖ ਤੇ ਆਜ਼ਾਦੀ ਦੀ ਰਾਖੀ ਲਈ ਬਹਾਦਰਾਂ ਨੇ ਦੁਸ਼ਮਣਾਂ ਨਾਲ ਟੱਕਰ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਜਿਹੇ ਬਹਾਦਰਾਂ ਤੋਂ ਮਾਰ ਖਾ ਕੇ ਹੀ ਸਾਰੀ ਦੁਨੀਆ ਨੂੰ ਜਿੱਤਣ ਦਾ ਇਰਾਦਾ ਰੱਖਣ ਵਾਲੇ ਸਿਕੰਦਰ ਨੂੰ ਬਿਆਸ ਦਰਿਆ ਦੇ ਕੰਡੇ ਤੋਂ ਪਿੱਛੇ ਮੁੜਨਾ ਪੈ ਗਿਆ ਸੀ ਨੰਬਰ 3 ਜੱਲਿਆਂ ਵਾਲੇ ਬਾਗ ਤੇਰੇ ਦੀ ਅੱਜ ਵੀ ਅਮਰ ਕਹਾਣੀ ਕਾਮਾਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਚੰਡੀ ਬਣ ਕੇ ਰਣ ਵਿੱਚ ਜੂਝੀ ਤੇਰੀ ਚਾਂਸੀ ਰਾਣੀ ਜੈ ਭਾਰਤ ਜੈ ਭਾਰਤ ਮਾਤਾ ਇਹਨਾਂ ਦੇ ਵਿੱਚੋਂ ਅਰਥ ਹੈਗੇ ਨੇ ਭਾਰਤ ਮਾਤਾ ਦੀ ਅਣਖ ਤੇ ਆਜ਼ਾਦੀ ਦੀ ਰਾਖੀ ਲਈ ਦੇਸ਼ ਭਗਤਾਂ ਨੇ ਜੱਲਿਆਂਵਾਲੇ ਬਾਗ ਵਿੱਚ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੇ ਰੂਪ ਵਿੱਚ ਅਤੇ ਚਾਂਸੀ ਰਾਣੀ ਨੇ ਆਪਣਾ ਖੂਨ ਡੋਲਿਆ ਅਜੇਹੇ ਅਣਖੀਲੇ ਸੁਪੁੱਤਰਾਂ ਦੀ ਭਾਰਤ ਮਾਤਾ ਅਜੇਹੇ ਅਣਖੀਲੇ ਸਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ ਜੈਕਾਰ ਕਰਦੇ ਹਾਂ ਨੰਬਰ 4 ਭਗਤ ਸਿੰਘ ਜਿਹੇ ਪੁੱਤਰ ਤੇਰੇ ਉਦਮ ਸਿੰਘ ਸਰਾਬੇ ਡੁੱਲੇ ਖੂਨ ਦਾ ਬਦਲਾ ਉਸਨੇ ਤੋਲ ਲਿਆ ਵਿੱਚ ਛਾਬੇ ਗੋਰੀ ਅਣਖ ਨੂੰ ਰੰਡੀ ਕਰ ਗਏ ਤੇਰੇ ਗਦਰੀ ਬਾਬੇ ਜੈ ਭਾਰਤ ਜੈ ਭਾਰਤ ਮਾਤਾ ਭਾਰਤ ਮਾਤਾ ਦੀ ਅਣਖ ਤੇ ਆਜ਼ਾਦੀ ਦੀ ਖਾਤਰ ਭਾਰਤ ਵਿੱਚ ਜਿਹੇ ਸ਼ੁਰਮੇ ਭਾਰਤ ਦੀ ਭਾਰਤ ਮਾਤਾ ਦੀ ਅਣਖ ਤੇ ਆਜ਼ਾਦੀ ਦੀ ਖਾਤਰ ਭਗਤ ਸਿੰਘ ਜਿਹਾ ਸੂਰਮੇ ਦੁਸ਼ਮਣਾਂ ਨੂੰ ਸਬਕ ਸਿਖਾਉਂਦੇ ਹੋਏ ਫਾਂਸੀ ਉੱਤੇ ਚੜ ਗਏ ਤੇ ਸਰਦਾਰ ਉਦਮ ਸਿੰਘ ਵਰਗਿਆਂ ਨੇ ਉਸ ਦੀ ਹੱਕ ਉੱਤੇ ਮਚਾਈ ਕਤਲੇਆਮ ਦਾ ਬਦਲਾ ਲਿਆ ਗਦਰੀ ਬਾਬਿਆਂ ਨੇ ਉਸ ਦੀ ਖਾਤਰ ਗੋਰਿਆਂ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਅਜਿਹੇ ਪੁੱਤਰਾਂ ਦੀ ਮਾਂ ਭਾਰਤ ਦੀ ਅਸੀਂ ਜੈ ਜੈਕਾਰ ਕਰਦੇ ਹਾਂ ਪੰਜਵਾਂ ਪੈਰਾ ਹੈਗੇ ਬੱਚੋ ਲਾਜਪਤ ਜਿਹਾ ਬਣ ਗਏ ਤੇਰੀ ਲਜਪਤ ਦੇ ਰਾਖੇ ਸ਼ਿਵਾ ਅਤੇ ਪ੍ਰਤਾਪ ਤੇਰੇ ਨੇ ਲਿਖੇ ਸ਼ਹੀਦੀ ਸਾਕੀ ਫਾਂਸੀ ਦੇ ਫੱਟਿਆਂ ਤੇ ਬੈਠੀ ਤਮਾਰੀਖ ਪਈ ਆਖੇ ਜੈ ਭਾਰਤ ਜੈ ਭਾਰਤ ਮਾਤਾ ਤਨਾ ਸਤਰਾ ਦੇ ਵਿੱਚ ਅਰਥ ਹੈਗੇ ਨੇ ਭਾਰਤ ਮਾਤਾ ਦੀ ਅਣਖ ਤੇ ਇੱਜ਼ਤ ਬਚਾਉਣ ਲਈ ਲਾਲਾ ਰਾਜਪਤਰਾਏ ਸ਼ਿਵਾਜੀ ਰਾਣਾ ਪ੍ਰਤਾਪ ਤੇ ਹੋਰ ਕਈ ਫਾਂਸੀ ਉੱਤੇ ਝੂਲ ਜਾਣ ਵਾਲੇ ਉਸ ਦੇ ਪੁੱਤਰਾਂ ਨੇ ਕੁਰਬਾਨੀਆਂ ਦਿੱਤੀਆਂ ਅਜਿਹੇ ਅਣਖੀਲੇ ਤੇ ਬਹਾਦਰ ਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ ਜੈਕਾਰ ਕਰਦੇ ਹਾਂ ਪ੍ਰਸ਼ਨ ਨੰਬਰ 1 ਇਸ ਕਵਿਤਾ ਵਿੱਚ ਕਿਹੜੇ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਤਾਂ ਵਿੱਚ ਹੁਣ ਆਪਾਂ ਇੱਕ ਕਵਿਤਾ ਪੜ੍ਹ ਕੇ ਹਟਿਆਂ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਸ ਕਵਿਤਾ ਦੇ ਵਿੱਚ ਕਿਹੜੇ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਠੀਕ ਹੈ ਕਿਹੜੇ ਕਿਹੜੇ ਦਾ ਆਇਆ ਵਿੱਚੋਂ ਭਗਤ ਸਿੰਘ ਦਾ ਠੀਕ ਹੈ ਸ਼ਹੀਦ ਉਧਮ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤ ਰਾਏ ਸ਼ਿਵਾਜੀ ਮਹਾਰਾਣਾ ਪ੍ਰਤਾਪ ਆਦ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਨੰਬਰ 2 ਇਸ ਕਵਿਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਕੱਡੀਆਂ ਥਾਵਾਂ ਦਾ ਜ਼ਿਕਰ ਦਾ ਥਾਵਾਂ ਦਾ ਵਰਣਨ ਹੈ ਠੀਕ ਹੈ ਕਿਨੇ ਕਿਨੇ ਥਾਵਾਂ ਦਾ ਵਿੱਚੋਂ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਥਾਵਾਂ ਜਿਹੜੀਆਂ ਇੱਥੇ ਕਿਹਾ ਗਿਆ ਠੀਕ ਹੈ ਜਿਵੇਂ ਹਰਦੀ ਘਾਟੀ ਠੀਕ ਹੈ ਸੋਮਨਾਥ ਦਾ ਮੰਦਿਰ ਜਿੱੱਲਿਆਂ ਵਾਲੇ ਬਾਗ ਜਿੱੱਲਿਆਂ ਵਾਲੇ ਬਾਗ ਦਾ ਵੀ ਇੱਥੇ ਵਿੱਚੋਂ ਜ਼ਿਕਰ ਆਇਆ ਤੇ ਚਾਂਸੀ ਚਾਂਸੀ ਦੀ ਰਾਣੀ ਸੀ ਜਿਹੜੀ ਵਿੱਚੋਂ ਚਾਂਸੀ ਮਤਲਬ ਸ਼ਹਿਰ ਹੈ ਠੀਕ ਹੈ ਜੇ ਆਪਾਂ ਸ਼ਹਿਰ ਕਰ ਸਕਦੇ ਹਾਂ ਠੀਕ ਹੈ ਉਥੋਂ ਦੀ ਰਾਣੀ ਸੀ ਉਹ ਤਾਂ ਚਾਂਸੀ ਵੀ ਇੱਕ ਜਗ੍ਹਾ ਦਾ ਨਾਂ ਹੈ ਠੀਕ ਹੈ ਤਾਂ ਇਹ ਚਾਂਸੀ ਦਾ ਵੀ ਜ਼ਿਕਰ ਆਇਆ ਹੈ ਕਸ਼ਨ ਨੰਬਰ 2 ਹੇਠ ਲਿਖਿਆ 17 ਦਾ ਭਾਵ ਸਪਸ਼ਟ ਕਰੋ ਊੜਾ ਹੈਗੇ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਉਪਰੋਕਤ 17 ਦਾ ਭਾਵ ਹੈ ਕਿ ਭਾਰਤ ਮਾਤਾ ਦੀ ਅਣਖ ਦੀ ਲੰਮੀ ਕਹਾਣੀ ਇਸ ਦੇ ਜੋਧਿਆਂ ਦੇ ਖੂਨ ਨਾਲ ਲਿਖੀ ਗਈ ਹੈ ਭਾਵ ਕਿ ਇਸ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਲਈ ਅਨੇਕਾਂ ਦੇਸ਼ ਭਗਤਾਂ ਨੇ ਆਪਣਾ ਖੂਨ ਡੋਲਿਆ ਹੈ ਫਾਂਸੀ ਦੇ ਫੱਟਿਆਂ ਤੇ ਬੈਠੀ ਤਵਾਰੀਖ ਪਈ ਆਖੇ ਜੈ ਭਾਰਤ ਜੈ ਭਾਰਤ ਮਾਤਾ ਉਪਰੋਕਤ ਸਤਰਾਂ ਦਾ ਭਾਵ ਹੈ ਕਿ ਇਤਿਹਾਸ ਇਸ ਗੱਲ ਦੀ ਅੱਜ ਵੀ ਗਵਾਹੀ ਭਰਦਾ ਹੈ ਕਿ ਭਾਰਤ ਦੇ ਬਹਾਦਰ ਸੂਰਬੀਰਾਂ ਨੇ ਭਾਰਤ ਮਾਂ ਦੀ ਅਣਖ ਲਈ ਕਿਸ ਤਰ੍ਹਾਂ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਹੈ हे ਭਾਰਤ ਮਾਤਾ ਤੇਰੀ ਸਦਾ ਹੀ ਜੈ ਹੋਵੇ ਇੱਥੇ ਵਿੱਚ ਇੱਕ ਗਲਤੀ ਹੈ ਹਾਹੇ ਨੂੰ ਨਾ ਇੱਥੇ ਕਲਾਮਾ ਲੱਗੇਗਾ ਠੀਕ ਹੈ ਮਤਲਬ ਦੁਲਾਮਾ ਨਹੀਂ ਲੱਗੇਗਾ ਹਾਹੇ ਨੂੰ ਲਾਮਾ ਹੈ ਭਾਰਤ ਮਾਤਾ ਤੇਰੀ ਸਦਾ ਹੀ ਜੈ ਹੋਵੇ ਅਗ੍ਹੀ ਹੈ ਕਿ ਬੱਚੋ ਔਖੇ ਸ਼ਬਦਾਂ ਦੇ ਅਰਥ ਪਹਿਲਾ ਬੱਚੂ ਸ਼ਬਦ ਹੈਗੇ ਜਿਵੇਂ ਸੰਗ ਸੰਗ ਦਾ ਅਰਥ ਕੀ ਹੁੰਦਾ ਨਾਲ ਠੀਕ ਹੈ ਸੰਗੀ ਜਾਂ ਪਸਾਥੀ ਕਹਿ ਦਿੰਨੇ ਆ ਜਿਵੇਂ ਗਾਥਾ ਗਾਥਾ ਦਾ ਅਰਥ ਹੈਗੇ ਵਿੱਚੋਂ ਕਹਾ ਕਥਾ ਜਾਂ ਕਹਾਣੀ ਚੰਡੀ ਦੁਰਗਾ ਦੇਵੀ ਜਾਂ ਤਲਵਾਰ ਸ਼ਾਬਾ ਤਕੜੀ ਦਾ ਇੱਕ ਪਾਲੜਾ ਜਾਂ ਡੂੰਗੀ ਟੋਕਰੀ ਸਾਕਾ ਇਤਿਹਾਸ ਵਿੱਚ ਵਾਪਰੀ ਅਹਿਮ ਘਟਨਾ ਤਵਾਰੀਖ ਇਤਿਹਾਸ ਬੀਤੇ ਸਮੇਂ ਦੀ ਵਾਰਤਾ ਅਣਖ ਸਬੈਮਾਨ ਜਾਂ ਗੈਰਤ ਖੰਡਰ ਡਿੱਗੀ ਟਠੀ ਮਾਰਤ ਜਾਂ ਖੋਲੇ ਅਮਰ ਜੋ ਮਰੀਨਾ ਸਦੀਵੀ ਚਰਨਜੀਵ ਇਸ ਤਰ੍ਹਾਂ ਵਿੱਚ ਜਿਹੜਾ ਪਾਠ ਹੈ ਕੰਪਲੀਟ ਹੋ ਗਿਆ ਤੇ ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਧੰਨਵਾਦ